ਕਿ ਜਦੋਂ ਗੈਂਗਸਟਰ ਬਾਹਰ ਹੁੰਦਾ ਉਦੋਂ ਉਹਦੇ ਉਸਤੇ ਵਾਰਦਾਤਾ ਕਰਨੀਆਂ ਔਖੀਆਂ ਹੁੰਦੀਆਂ ਜਦੋਂ ਜੇਲ੍ਹ ਚਲਾ ਜਾਂਦਾ ਬਹੁਤ ਸੌਖੀਆਂ ਹੋ ਜਾਂਦੀਆਂ ਉਹਦੇ ਵਾਸਤੇ ਕਾਲੇ ਧੰਦੇ ਚਲਾਉਣਾ ਜੇਲ੍ਹ ਚ ਕਿਤੇ ਵੱਧ ਸੌਖਾ ਹੋ ਜਾਂਦਾ ਉਹਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਜੇਲ੍ਹ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿੰਨੇ ਗੈਂਗਸਟਰ ਮਾਰੇ ਗਏ ਕਿੰਨੇ ਗ੍ਰਿਫਤਾਰ ਕੀਤੇ ਗਏ ਪਰ ਪੰਜਾਬ ਦੇ ਵਿੱਚੋਂ ਗੈਂਗਵਾਰ ਜਿਹੜੀ ਖਤਮ ਨਹੀਂ ਹੋਏਗੀ ਸਰਕਾਰ ਗੈਂਗਵਾਰ ਦੇ ਪਿੱਛੇ ਜਿਹੜੇ ਕਾਰਨ ਕੰਮ ਕਰਦੇ ਆ ਉਹਨਾਂ ਕਾਰਨਾਂ ਨੂੰ ਫੜ ਕੇ ਉਹਨਾਂ ਦਾ ਹੱਲ ਕਰਨ ਦੀ ਬਜਾਏ ਇਹਨਾਂ ਕੋਲ ਇੱਕੋ ਇੱਕ ਤਰੀਕਾ ਹੈ ਕਿ लाਠੀ ਤੇ ਗੋਲੀ ਪਰਚੇ ਪਾ ਕੇ ਇਹਨਾਂ ਅੱਜ ਖਤਮ ਹੋਈਏ ਤੇ ਇਹਨਾਂ ਕੱਲ ਖਤਮ ਹੋਈਆਂ ਸਰਕਾਰ ਦਾ ਪਹਿਲਾਂ ਲਿਆਂਦੇ ਵੀ ਇਹਦਾ ਵੀ ਇੱਕ ਤਰੀਕਾ ਜਿਵੇਂ ਬੇਰੋਜ਼ਗਾਰੀ ਦਾ ਹੱਲ ਇਹਨਾਂ ਨੇ ਡਾਂਗ ਰੱਖਿਆ ਹੋਇਆ ਬੀਜੇ ਬੇਰੋਜ਼ਗਾਰ ਧਰਨਾ ਲਾਉਂਦੇ ਆ ਡਾਂਗ ਭਰਾ ਦਿਓ ਇਹ ਕੋਈ ਬੇਰੋਜ਼ਗਾਰੀ ਦਾ ਹੱਲ ਹੈਗਾ ਜੇ ਗੈਂਗਵਾਰ ਮਾੜਾ ਜਿਹਾ ਸਿਰ ਚੱਕਦੀ ਆ ਮਤਲਬ ਜਦੋਂ ਸਰਕਾਰ ਦਾ ਐ ਲੱਗਦਾ ਵੀ ਈਮੇਜ ਖਰਾਬ ਹੋ ਰਹੀ ਆ ਉਹਦੇ ਇੱਕ ਦਿਨ ਨੂੰ ਫੜ ਲਓ ਜੇ ਇੱਕ ਦਿਨ ਨੂੰ ਇੱਕ ਦਿਨ ਇੱਕ ਦਿਨ ਟੰਗ ਦਿਓ ਤੇ ਫਿਰ ਸਰਕਾਰ ਤੂੰ ਕੌਣ ਤੇ ਮੈਗਨ ਫਿਰ ਮਾਮਲਾ ਠੰਡਾ ਹੋ ਜਾਂਦਾ ਸਵਾਲ ਇਹ ਆ ਕਿ ਭਗਵੰਤ ਮਾਨ ਸਰਕਾਰ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਵੱਡੇ ਵੱਡੇ ਸ਼ਹਿਰਾਂ 'ਚ ਹੋਲਡਿੰਗ ਬੋਰਡ ਲਾ ਕੇ ਇਹ ਲਿਖਿਆ ਸੀਗਾ ਵੀ ਐਨੇ ਹਜ਼ਾਰ ਗੈਂਗਸਟਰ ਮੈਂ ਖਤਮ ਕਰਤੇ ਪੰਜਾਬ 'ਚੋਂ ਫਿਰ ਗੈਂਗਵਾਰ ਤਾਂ ਖਤਮ ਹੋਈ ਨਹੀਂਗੀ ਇੱਥੇ ਸੁੱਖਾ ਕਾਲਵਾ ਵਰਗੇ ਦਵਿੰਦਰ ਬੰਬੀਹਾ ਵਰਗੇ ਕਿੰਨੇ ਨੌਜਵਾਨ ਜਿਹੜੇ ਆ ਫੜ ਫੜ ਕੇ ਮਾਰੇ ਗਏ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਫਿਰ ਵੀ ਗੈਂਗਵਾਰ ਖਤਮ ਨਹੀਂ ਹੋएगी ਗੱਲ ਇਹ ਹੈ ਕਿ ਗੈਂਗਵਾਰ ਦੇ ਪਿੱਛੇ ਜਿਹੜੇ ਕਾਰਨ ਕੰਮ ਕਰਦੇ ਆ ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਬੇਰੋਜ਼ਗਾਰੀ ਵੱਡੀ ਪੱਦਰ ਦੇ ਪੰਜਾਬ ਜਿਹੜਾ ਵਿਹਲੜਪੁਣਾ ਪੰਜਾਬ ਦੀ ਜਵਾਨੀ ਕੋਲੇ ਕੋਈ ਰਾਹ ਨਹੀਂ ਹੈਗਾ ਬਹੁਤ ਜ਼ਿਆਦਾ ਵਿਹਲੜਪੁਣਾ ਵਿਹਲਾ ਸਮਾ ਸਾਡੇ ਕੋਲੇ ਉਹ ਵਿਹਲੜਪੁਣੇ ਨੂੰ ਇੱਕ ਇੱਕ ਜਰਖੇਜ ਧਰਤੀ ਮੰਨ ਕੇ ਜਿਹੜੇ ਸਿਆਸਤਦਾਨ ਆ ਗੁੰਡੇ ਬਦਮਾਸ਼ ਆ ਪ੍ਰਾਣੇ ਆ ਉਹ ਇਹੋ ਜੇ ਨੌਜਵਾਨਾਂ ਨੂੰ ਚੱਕ ਕੇ ਉਹਨਾਂ ਨੂੰ ਗੈਂਗਵਾਰ ਵਾਲੇ ਪਾਸੇ ਨੂੰ ਤੋਰਦੇ ਆ ਪੰਜਾਬ ਦਾ ਜਿਹੜਾ ਕਲਚਰਲ ਅਟੈਕ ਪੰਜਾਬ ਤੇ ਹੋ ਰਿਹਾ ਗੈਂਗਵਾਰ ਨੂੰ ਇੱਕ ਗਲੈਮਰਾਇਜ਼ ਕਰਕੇ ਪੇਸ਼ ਕੀਤਾ ਜਾ ਰਿਹਾ ਇਹ ਵੀ ਕਾਰਨ ਆ ਆਪਾਂ ਯੂਪੀ ਬਿਹਾਰ ਦਾ ਸੁਣਦੇ ਸੀਗੇ ਕਿ ਲੋਖਣ ਸ਼ੂਟ ਆਊਟ ਐਂਡ ਲੋਖਣ ਵਾਲਾ 2 3 ਬਣਦੀ ਸੀਗੀ ਪੰਜਾਬ 'ਚ ਵੀ ਫਿਲਮਾਂ ਬਣਨ ਲੱਗੀਆਂ ਸ਼ੂਟਰ ਫਿਲਮ ਬਾਰੀ ਐ ਸੁੱਖਾ ਕਾਲਵਾ ਤੇ ਰੋਬਨ ਹੁੱਡ ਬਣਾ ਕੇ ਰੁਪਿੰਦਰ ਗਾਂਧੀ ਨੂੰ ਪੇਸ਼ ਕੀਤਾ ਜਾ ਰਿਹਾ ਵੀ ਘੱਟੋ ਘੱਟ ਇਹ ਫਿਲਮ ਨਰਮਾਤਾ ਇੰਨਾ ਦਾ ਤਰਸ ਕਰਨ ਪੰਜਾਬੀਆਂ ਤੇ ਕਿ ਘੱਟੋ ਘੱਟ ਜਿਹੜਾ ਗੈਂਗਸਟਰ ਸਿਆਸਦਾਨਾਂ ਦੇ ਧੱਕੇ ਚੜ ਕੇ ਪਿੱਛੇ ਲੱਗ ਕੇ ਕਿਸੇ ਦੇ ਬਾਪ ਨੂੰ ਕਿਸ ਦੀ ਮਾਂ ਨੂੰ ਕਿਸੇ ਦੇ ਬੱਚਿਆਂ ਨੂੰ ਨਹੀਂ ਦੇਖਦਾ ਕਤਲ ਕਰਨ ਲੱਗਿਆ ਉਹਨੂੰ ਭਗ ਸਿੰਘ ਬਣਾ ਕੇ ਦਾ ਤੁਸੀਂ ਨਾਂ ਪੇਸ਼ ਕਰੋ ਜਦੋਂ ਪੰਜਾਬ ਦੀ ਜਵਾਨੀ ਸਾਹਮਣੇ ਉਹਨਾਂ ਨੂੰ ਗਲੈਮਰਾਇਜ਼ ਕਰਕੇ ਪੇਸ਼ ਕੀਤਾ ਜਾਂਦਾ ਉਹ ਇੱਕ ਗਲੈਮਰ ਦੇ ਪਿੱਛੇ ਫਿਰ ਪੰਜਾਬ ਦੀ ਜਵਾਨੀ ਜਿਹੜੀ ਜਾਂਦੀ ਹੈ ਕੰਮ ਧੰਦਾ ਕੋਈ ਹੈ ਨਹੀਂ ਸਰਾਨ ਕਰ ਕਰਨੇ ਕੋਈ ਰੁਜ਼ਗਾਰ ਦਿੱਤਾ ਨਹੀਂਗਾ ਘਰੋਂ ਧੱਕੇ ਪੈਂਦੇ ਆ ਘਰੋਂ ਗਾਲਾਂ ਪੈਂਦੀਆਂ ਫਿਰ ਉਹ ਇਸ ਗਲੈਮਰ ਦੇ ਪਿੱਛੇ ਲਾ ਕੇ ਵੀ ਅੱਜ ਫਲਾਣੇ ਬਾਈ ਦੀ ਪੇਛੀ ਆ 50 ਨੌਜਵਾਨ ਕਚੈਰੀਆਂ ਦੇ ਬਾਹਰ ਖੜੇ ਹੁੰਦੇ ਆ ਫੋਟੋਆਂ ਖਿਚਾਉਣ ਵਾਸਤੇ ਫਿਰ ਉਹਦੀ ਫੇਸਬੁੱਕ ਤੇ ਪੋਸਟ ਪਾਉਂਦੇ ਆ ਆਪਾਂ ਦੇਖਿਆ ਹੀ ਆ ਫਿਲਮਾਂ ਦੇ ਵਿੱਚ ਜਿਵੇਂ ਗੈਂਗਸਟਰਾਂ ਦੇ ਪਿੱਛੇ ਚੱਲਦੇ ਹੈਗੇ ਆ ਇਸ ਨਹਨੇਰੀ ਦਾ ਇਸ ਚੱਕਾ ਚੋਂ ਦਾ ਸ਼ਿਕਾਰ ਹੋ ਕੇ ਪੰਜਾਬ ਦਾ ਨੌਜਵਾਨ ਗੈਂਗਵਾਰ ਵਾਲੇ ਪਾਸੇ ਜਾ ਰਿਹਾ ਪੰਜਾਬ ਦੇ ਨੌਜਵਾਨ ਨੂੰ ਗੈਂਗਵਾਰ ਵਾਲੇ ਪਾਸੇ ਰੋਕਣ ਵਾਸਤੇ ਇੱਕ ਰੋਡ ਮੈਪ ਚਾਹੀਦਾ ਜਿਹੜਾ ਕਿ ਸਰਕਾਰ ਕੋਲੇ ਦਿਖਦਾ ਨਹੀਂਗਾ ਗੋਲੀ ਪਰਚਾ ਗ੍ਰਿਫਤਾਰੀ ਇਹ ਕੋਈ ਹੱਲ ਨਹੀਂਗਾ ਨਾ ਤਾਂ ਅੱਜ ਤੱਕ ਪਰਚੇ ਪਾ ਕੇ ਕਤਲ ਰੁਕੇ ਆ ਨਾ ਅੱਜ ਤੱਕ ਪਰਚੇ ਪਰ ਕੇ ਚੋਰੀਆਂ ਡਕੈਤੀਆਂ ਰੁਕੀਆਂ ਨਾ ਬਲਾਤਕਾਰ ਰੁਕਿਆ ਨਾ ਛੇੜਛਾੜ ਰੁਕੀਆ ਇਹਨਾਂ ਦੇ ਪਿੱਛੇ ਜਿਹੜੇ ਕਾਰਨ ਕੰਮ ਕਰਦੇ ਆ ਉਹ ਸਰਕਾਰ ਨੂੰ ਫੜਨੇ ਪੈਣਗੇ ਸਾਡਾ ਇਹ ਮੰਨਣਾ ਕਿ ਜੇ ਪੰਜਾਬ ਦੇ ਵਿੱਚੋਂ ਗੈਂਗਵਾਰ ਖਤਮ ਕਰਨੀ ਆ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇਸ ਗੱਲ ਨੂੰ ਸਾਨੂੰ ਵੀ ਸਮਝਣਾ ਪਊਗਾ ਸਰਕਾਰ ਨੂੰ ਵੀ ਸਮਝਣਾ ਪਊਗਾ ਕਿ ਸਰਕਾਰ ਰੁਜ਼ਗਾਰ ਦਵੇ ਤੇ ਜਿਹੜੇ ਲੋਕ ਆ ਲੋਕ ਖੇਤਾਂ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ ਉਹਨਾਂ ਨੂੰ ਆਪਦੇ ਆਪ ਦੇ ਆਪ ਨੂੰ ਇੰਨਾ ਮਜ਼ਬੂਤ ਕਰਨਾ ਪੂਆ ਕਿ ਨੌਜਵਾਨ ਇਹ ਰਾਹ ਛੱਡ ਕੇ ਸੰਘਰਸ਼ ਵਾਲੇ ਪਾਸੇ ਆਉਣ